ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣਦੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਜੇਕਰ ਤੁਸੀਂ ਲਾਇਸੈਂਸ ਸੀ ਕਰਨਾ ਚਾਹੁੰਦੇ ਹੋ ਤਾਂ ਇਹਦੀਆਂ ਕਲਾਸਾਂ ਲਾਈਵ ਦੇ ਵਿੱਚ ਅਸੀਂ ਲਾਣ ਜਾ ਰਹੇ ਹਾਂ ਜਿਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਜਾਣਾ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰਨ ਦੇ ਲਈ 3533085554 ਸਾਡਾ ਟੈਲੀਫੋਨ ਨੰਬਰ ਆ WhatsApp ਕਰੋ ਜੀ ਤੁਹਾਡ ਨੂੰ ਜਿਹੜੀਆਂ ਕਲਾਸਾਂ ਦੀ ਜਿਹੜੀ ਡੇਟ ਟਾਈਮਿੰਗ ਸਾਰੀ ਦੇ ਦਿੱਤੀ ਜਾਊਗੀ ਤੇ ਕਿੰਨਾ ਟੋਟਲ ਖਰਚਾ ਨਾ ਪਤੰਤੇ ਸੀ ਚੀਕੂ ਚੀ ਅਤੇ ਡੀ ਜਿੰਨੇ ਵੀ ਪਤੰਤੇ ਨੇ ਸਾਰਿਆਂ ਦੀਆਂ ਕਲਾਸਾਂ ਸ਼ੁਰੂ ਹੋਣ ਜਾਣੀ ਜੇਕਰ ਤੁਸੀਂ ਕਲੇਮ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਕਲੇਮ ਕਰਨਾ ਚਾਹੁੰਦੇ ਹੋ ਕਿਤੇ ਗੱਡੀ ਦੀ ਐਕਸੀਡੈਂਟ ਹੋਕ ਜਾਂਦਾ ਹੈ ਤਾਂ ਉਹ ਸਿਚੁਏਸ਼ਨ ਦੇ ਵਿੱਚ ਤੁਸੀਂ ਟੈਲੀਫੋਨ ਨੰਬਰ ਹੈ ਜੀ 055933 22383 ਜਾਂ ਫਿਰ 348343608 ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਫ੍ਰੀ ਦੇ ਵਿੱਚ ਤੁਹਾਨੂੰ ਗੱਡੀ ਵੀ ਦੇਣਗੇ ਕਮੰਡ ਫਰਮ ਦੇ ਲਈ ਇਟਲੀ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਵੱਲ ਚੱਲਦੇ ਨੇ ਜੀ ਕੇਸਾਂ ਦੀ ਗਿਣਤੀ ਹੈ ਜਿਹੜੀ ਲਗਾਤਾਰ ਵਧਦੀ ਜਾ ਰਹੀ ਹੈ ਅੱਜ 25 ਜੂਨ ਨੂੰ 56300 ਜਿਹੜਾ 86 ਕੇਸ ਆ ਚੁੱਕਾ 40 ਮਰੀਜ਼ਾਂ ਦੀ ਮੌਤ ਆ 31532 ਪੋਜ਼ਿਟਿਵ ਆ ਚੁੱਕੇ ਨੇ ਤੇ 2.5 ਲੱਖ ਤੋਂ ਉੱਤੇ ਜਿਹੜੇ ਟੈਸਟ ਕੀਤੇ ਆ ਤਾਸੂ ਦੀ ਪੋਜ਼ਿਟਿਵਿਟੀ 21. ਕੋਸ਼ ਚੱਲ ਰਹੀ ਸੀ ਵੱਧਿਆਂ ਜੀ ਸਭ ਤੋਂ ਪਹਿਲੇ ਅਪਡੇਟ ਵਾ ਸਭ ਤੋਂ ਪਹਿਲਾ ਜੋ ਅਪਡੇਟ ਆ ਰਿਹਾ ਹੈ ਉਹ ਆ ਜੀ ਇਟਲੀ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਖੁੱਲਣ ਵਾਲੀ ਇਟਲੀ ਦੇ ਵਿੱਚ 2022 ਦੇ ਵਿੱਚ ਸਾਨੂੰ ਪਤਾ ਕਿ ਦੋ ਵਾਰ ਪੇਪਰ ਖੁੱਲਣੇ ਸਨ ਇਹ ਜਿਹੜੇ ਦੂਸਰੀ ਵਾਰ ਪੇਪਰ ਖੁੱਲਣੇ ਆ ਇਹਨਾਂ ਦੇ ਬਾਰੇ ਅਤੇ ਜਿਹੜੇ ਪੇਪਰ ਖੁੱਲ ਚੁੱਕੇ ਨੇ ਇਨਾਂ ਦੇ ਬਾਰੇ ਸਰਕਾਰ ਨੇ ਬਹੁਤ ਜਿਹੜੇ ਨਵੀਆਂ ਕੋਸ਼ ਗੱਲਾਂ ਸਾਹਮਣੇ ਲਿਆਂਦੀਆਂ ਨੇ ਇਹ ਜੋ ਨਵੀਆਂ ਗੱਲਾਂ ਲਿਆਂਦੀਆਂ ਜੀ ਇਹਨਾਂ ਦੇ ਹਿਸਾਬ ਦੇ ਨਾਲ ਹੁਣ ਜਿਹੜੇ ਪੇਪਰ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਖੁੱਲਣਗੇ ਤੇ ਬਹੁਤ ਛੇਤੀ ਤੇ ਇਹਦੀ ਜਿਹੜੀ ਪੂਰੀ A ਤੋਂ ਲੈ ਕੇ Z ਤੱਕ ਦੀ ਡਿਟੇਲ ਆ ਸਾਡੀ ਵੈਬਸਾਈਟ eta-punjabi.com ਲਿੰਕ ਪਹਿਲੇ ਕਲਿੱਕ ਨਾਲ ਤੁਸੀਂ ਜਾ ਸਕਦੇ ਹੋ ਪਹਿਲੀ ਕਮੈਂਟ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਅਤੇ ਇਟਾਲੀਅਨ ਦੇ ਵਿੱਚ ਤੁਸੀਂ ਇਹਨੂੰ ਪੂਰਾ ਪੜ੍ਹ ਸਕਦੇ ਆ ਗੱਲ ਕਰਦੇ ਆ ਜੀ ਮੇਨ ਅਪਡੇਟਾਂ ਦੀ ਉਸ ਤੋਂ ਬਾਅਦ ਆਪਣੀਆਂ ਖਬਰਾਂ ਵੱਲ ਜਾਵਾਂਗੇ ਮੇਨ ਜਿਹੜੇ ਅਪਡੇਟ ਆ ਜੀ ਉਹ ਇਹ ਆ ਕਿ ਹੁਣ ਜਿਹੜਾ ਜਿਸ ਟਾਈਮ ਕਿਸੇ ਵੀ ਬੰਦੇ ਨੇ ਪੇਪਰ ਭਰਨੇ ਆ ਜਿੰਨਾ ਬੰਦਿਆਂ ਨੇ 2021 ਵਾਲੇ ਵੀ ਭਰਿਆ ਸਾਰਿਆਂ ਦੇ ਪੇਪਰ ਨਿਕਲ ਜਾਣੇ ਜਿੰਨਾ ਜਿੰਨਾ ਕੋਟਾ ਜੀ ਕਿੱਦਾਂ ਨਿਕਲਣੇ ਆ ਜੀ ਉਹ ਇਹ ਆ ਜੀ ਸਰਕਾਰ ਨੇ 21 ਜੂਨ ਨੂੰ ਅਤੇ 23 21 ਜੂਨ ਨੂੰ ਫੈਸਲਾ ਲਿਆ 23 ਜੂਨ ਨੂੰ ਨਾ ਦਾਗਰਦਿੱਤਾ ਦੇ ਵਿੱਚ ਆ ਗਿਆ ਹੁਣ ਇਹ ਜਿਹੜਾ ਫੈਸਲਾ ਕੀਤਾ ਸਰਕਾਰ ਨੇ ਉਹ ਇਹ ਕੀਤਾ ਹੈ ਸਰਕਾਰ ਕਹਿ ਰਹੀ ਹੈ ਜਿਸ ਟਾਈਮ ਕੋਈ ਵੀ ਮਾਲਕ ਬੰਦੇ ਦੇ ਪੇਪਰ ਭਰੋਗਾ 30 ਦਿਨਾਂ ਦੇ ਵਿੱਚ ਵਿੱਚ ਉਸ ਬੰਦੇ ਨੂੰ ਪੇਪਰ ਦੇ ਦਿੱਤੇ ਜਾਣੇ ਆ 30 ਦਿਨ ਪਹਿਲਾਂ 60 ਦਿਨ ਦਾ ਟਾਈਮ ਸੀ ਭਾਵੇਂ ਸਾਲ ਲਾ ਦਿੰਦੇ ਪਰ ਹੁਣ ਕਹ ਰਹੇ ਨੇ ਇੱਕ ਮਹੀਨੇ ਦੇ ਵਿੱਚ ਵਿੱਚ ਬੰਦਿਆਂ ਨੂੰ ਨੂਲੇ ਆਫਸ ਦੇ ਦੇ ਦਣੇ ਆ ਉਸ ਤੋਂ ਬਾਅਦ ਜਦੋਂ ਇੰਡੀਆ ਐਮਬੈਸੀ ਦੇ ਵਿੱਚ ਪੇਪਰ ਜਮਾ ਕਰਾਣੇ ਆ ਤਾਂ 20 ਦਿਨਾਂ ਦੇ ਵਿੱਚ ਵਿੱਚ ਬੰਦਿਆਂ ਨੂੰ ਵੀਜ਼ੇ ਦੇ ਦਿੱਤੇ ਜਾਣਗੇ ਉਸ ਤੋਂ ਬਾਅਦ ਇਟਲੀ ਆਣਾ ਇਟਲੀ ਦੇ ਵਿੱਚ ਆ ਕੇ ਕੰਮ ਕਰੋ ਤੇ ਉਹ ਆਪਣੇ ਅੱਗੇ ਤੋਂ ਅੱਗੇ ਵਧ ਸਕਦੇ ਇੱਥੇ ਤਾਂ ਕਿ ਜਿਹੜੇ ਬੰਦੇ ਇਟਲੀ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਵੀ ਰਹਿ ਰਹੇ ਸਨ ਉਨਾ ਦੇ ਲਈ ਸਰਕਾਰ ਨੇ ਕਾਫੀ ਜਿਹੜੀਆਂ ਨਵੀਆਂ ਗੱਲਾਂ ਸਾਹਮਣੇ ਲਿਆਂਦੀਆਂ ਉਹ ਵੀ ਆਪਣੇ ਜਿਹੜਿਆ ਪੇਪਰ ਚੇਂਜ ਕਰਵਾ ਸਕਦੇ ਆ ਸੌਰੀ ਪੇਪਰ ਚੇਂਜ ਨਹੀਂ ਜਿਹਨਾਂ ਤੇ ਪੇਪਰ ਇੱਥੇ ਰਹਿੰਦੀਆਂ ਦੇ ਭਰੇ ਸੀਗੇ ਤੇ ਇਟਲੀ ਦੇ ਵਿੱਚ ਆਇਆ ਨੂੰ 1 ਮਈ ਹੋ ਗਿਆ ਜਿਹੜਾ ਦਿਖ ਰੇ ਤੋਂ ਸਿੰਪਲੀਫਿਕੇਜ਼ਿਓਨੀ ਇਹ ਇਹਨਾਂ ਦੇ ਲਈ ਇਹ ਵੀ ਕਹਿ ਰਿਹਾ ਤੇ ਮੇਨ ਇਹਦੇ ਵਿੱਚ ਜਿਹੜੀਆਂ ਦੋ ਗੱਲਾਂ ਇੰਪੋਰਟੈਂਟ ਦਿੱਤੀਆਂ ਗਈਆਂ ਉਹ ਇਹ ਆ ਜਿਹੜੇ ਬੰਦੇ 1 ਮਈ 2022 ਤੱਕ ਇਟਲੀ ਦੇ ਵਿੱਚ ਹਾਜ਼ਰ ਸਨ ਉਹਨਾਂ ਦੇ 1 ਮਈ 2022 ਤੱਕ ਫਿੰਗਰ ਹੋਏ ਹੋਣੇ ਚਾਹੀਦੇ ਅਤੇ ਉਸ ਤੋਂ ਬਾਅਦ ਇਟਲੀ ਦੇ ਵਿੱਚ ਉਹ ਦੋ ਨੰਬਰ 'ਚ ਨਹੀਂ ਰਹੇ ਆਪਣੇ ਕੰਮ ਦੇ ਨਾਲ ਹੀ ਰਹੇ। ਮਤਲਬ ਜੀ ਇਹ ਗੱਲ ਕੀਤੀ ਜਾ ਰਹੀ ਹੈ ਜਿਹੜੇ ਪਹਿਲਾਂ ਹੀ ਖੇਤੀਬਾੜੀ ਵਾਲੇ ਪੇਪਰਾਂ ਤੇ ਆ ਚੁੱਕੇ ਆ। ਆਪਾਂ ਜਿਨ੍ਹਾਂ ਨੂੰ ਕਹਿੰਦੇ ਆਪਾਂ ਕਨਵਰਟ ਕਰਾਉਣ ਵਾਲੇ ਜਾਂ ਫਿਰ ਉਦਾਂ ਜੇਕਰ ਇੱਕ 21 ਮਈ 2022 ਤੱਕ ਇਟਲੀ ਦੇ ਵਿੱਚ ਸਿਗੇ ਸਜੋਰ ਨੂੰ ਸਿਗੇ ਫਿੰਗਰ ਹੋਏ ਸਨ ਉਹਨਾਂ ਦੇ ਪੇਪਰ ਵੀ ਬਹੁਤ ਛੇਤੀ ਉਹਨਾਂ ਉਸ ਤੋਂ ਬਾਅਦ ਮਾਲਕ ਦੀਆਂ ਕਿਹੜੀਆਂ ਰਹਿ ਗਈਆਂ ਜੀ ਮਾਲਕ ਨੇ ਕੀ ਕਹਨਾ ਮਾਲਕ ਨੇ ਸਿਰਫ ਇਹ ਦੱਸਣਾ ਕਿ ਜਿਹੜਾ ਬੰਦਾ ਮੈਂ ਇੰਡੀਆ ਤੋਂ ਪਾਕਿਸਤਾਨ ਤੋਂ ਜਿਸ ਕਿਸੇ ਵੀ ਕੰਟਰੀ ਤੋਂ ਮਗਾਣਾ ਉਸ ਬੰਦੇ ਨੂੰ ਮੈਂ ਤਨਖਾਹ ਦੇ ਸਕਦਾ ਅਤੇ ਜੇਕਰ ਬੰਦੇ ਦੇ ਪੇਪਰ ਕੈਂਸਲ ਹੋ ਜਾਂਦੇ ਆ ਤਾਂ ਉਸ ਬੰਦੇ ਦੀ ਜਿਹੜੀ ਟਿਕਟ ਦਾ ਖਰਚਾ ਮੇਰਾ ਇਹ ਦੋ ਚੀਜ਼ਾਂ ਜੀ ਟਿਕਟ ਦਾ ਖਰਚਾ ਇਟਾਲੀਨੀ ਸਰਕਾਰ ਨੇ ਤਕਰੀਬਨ 2-300 ਨਹੀਂ ਤਕਰੀਬਨ 1000 ਕਰੋ ਰੱਖ ਕੇ ਚੱਲਦੀ ਆ ਬਸ 4-500 ਵੀ ਹੋ ਸਕਦਾ ਇਸ ਟਾਈਮ ਲੈ ਕੇ ਨਹੀਂ ਆਇਆ ਕਿੰਨਾ ਜਦੋਂ ਆਊਗਾ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੰਦੇ ਆ ਹੁਣ ਗੱਲ ਇਹ ਹੈ ਜੀ ਇਟਲੀ ਦੇ ਵਿੱਚ ਜਿਹੜਾ ਇਸਪੇਤਰਾ ਤੋਂ ਤੇਰੀ ਤੁਰੇ ਵਾਲੇ ਦਿਲ ਤੇਰੀ ਤੁਰੇ ਵਾਲੇ ਦਿਲ ਲਵੋਰੂ ਸਗਾ ਸਭ ਤੋਂ ਪਹਿਲਾਂ ਇਹ ਬੰਦਿਆਂ ਨੂੰ ਚੈੱਕ ਕਰਦਾ ਸਗਾ ਕਿ ਮਾਲਕ ਦੇ ਕੋਲ ਬੰਦੇ ਹੈਗੇ ਆ ਕੰਮ ਹੈਗਾ ਇਹਦੀ ਸਾਲਾਨਾ ਇਨਕਮ ਕਿੰਨੀ ਆ ਬੰਦਿਆਂ ਨੂੰ ਪੈਸੇ ਦੇ ਸਕਦਾ ਨਹੀਂ ਦੇ ਸਕਦਾ ਇਹਨੇ ਕਿੰਨੇ ਬੰਦਿਆਂ ਦੇ ਪੇਪਰ ਭਰਤੇ ਹੁਣ ਇਹ ਜਿਹੜਾ ਕੰਟਰੋਲ ਆ ਜਿੰਨੇ ਵੀ ਕੌਨਸੂਲੈਂਟੀ ਦੀ ਲਵੋਰੂ ਆ ਜਾਂ ਫਿਰ ਅਸੋਸੀਏਸ਼ਨ ਦੀ ਦਤੋ ਰਿਆਲੀ ਆ ਹੁਣ ਇਹ ਸਾਰੇ ਦੇ ਸਾਰੇ ਕੰਟਰੋਲ ਇਹਨਾਂ ਨੇ ਕਰਨੇ ਆ ईटीएल ਇਸ ਪੇ ਤੋਂ ਰਾਤ ਨੂੰ ਤੇਰੀ ਤੋਰੀ ਆਰੇ ਦੇ ਲਵੋ ਸਗਾ ਉਹਨਾਂ ਨੇ ਆਪਣੇ ਸਿਰੋਂ ਇਹ ਬਲਾ ਲਾਤੀ ਇਹਦੇ ਨਾਲ ਕੰਮ ਬਹੁਤ ਛੇਤੀ ਹੋ ਰਣ ਪਰ ਗੱਲ ਕੀ ਹੈ ਜੀ ਇੱਕ ਮਹੀਨੇ ਦੇ ਵਿੱਚ ਬੰਦੇ ਨੂੰ ਨੂ ਲਾਸ ਤਾਂ ਮਿਲ ਜਾਣਾ 20 ਦਿਨਾਂ ਦੇ ਵਿੱਚ ਪਾਸਵਰਡ ਮਿਲ ਜਾਣਾ ਤੁਸੀਂ 2 ਮਹੀਨੇ ਲਾ ਕੇ ਚੱਲੋ ਪੇਪਰ ਭਰਨ ਤੋਂ 2 ਤੋਂ 3 ਮਹੀਨੇ ਚ ਬੰਦਾ ਇਟਲੀ ਪਰ ਇਹਦੇ ਵਿੱਚ ਸ਼ਰਤ ਇਹ ਰੱਖੀ ਗਈ ਹੈ ਜਿਸ ਟਾਈਮ ਬੰਦਿਆਂ ਦੇ ਪੇਪਰ ਚੈੱਕ ਕੀਤੇ ਜਾਣੇ ਆ ਜਦੋਂ ਜੇਕਰ ਬੰਦੇ ਲੱਗੇ ਕਿ ਬੰਦੇ ਉਸ ਮਾਲਕ ਦੇ ਕੋਲ ਰਿਕੁਆਇਰਮੈਂਟ ਨਹੀਂ ਸੀ ਉਸ ਵੇਲੇ ਉਹਨਾਂ ਬੰਦਿਆਂ ਦੇ ਪੇਪਰ ਜਿਹੜੇ ਆ ਰੱਦ ਕਰ ਦਿੱਤੇ ਜਾਣੇ ਸਾਰ ਨੂੰ ਪਤਾ ਬੰਦਿਆਂ ਨੇ ਇੱਧਰ ਉੱਧਰ ਹੋ ਜਾਣਾ ਹੁਣ ਅਸੀਂ ਇਹ ਦੱਸ ਦਿਆਂ ਜੀ ਬਹੁਤ ਤਕੜੀ ਗੇਮ ਚੱਲਣ ਲੱਗੀ ਆ ਏਜੰਟਾਂ ਨੇ ਸਾਰਿਆਂ ਨੇ ਹੁਣ ਪੈਸੇ ਤਿਆਰ ਤੁਸੀਂ ਵੀ ਪੈਸੇ ਤਿਆਰ ਕਰ ਲੋ ਜੰਟਾ ਵੀ ਆਪਣੀਆਂ ਜਿਹੜੀਆਂ ਜੇਬਾਂ ਖਾਲੀ ਕਰ ਲੈਣ ਕਿਉਂਕਿ ਹੁਣ ਭਰਨ ਦੀ ਤਿਆਰੀ ਆ ਗਈ ਹੈ ਸਰਕਾਰ ਨੇ ਪੇਪਰ ਖੋਲ ਤੇ ਸਮਝ ਲਓ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿੰਨੇ ਪੇਪਰ ਹੁਣ ਇਹ ਜਿੰਨੇ ਇਹਨਾਂ ਨੇ ਕੰਟਰੋਲ ਸੀ ਸਾਰੇ ਚੱਕ ਦਿੱਤੇ ਆ ਜੀ ਇਹਦਾ ਫਾਇਦਾ ਕੀ ਹੋਣਾ ਇਹਦਾ ਫਾਇਦਾ ਇਹ ਹੋਣਾ ਕੇ ਹੁਣ ਛੇਤੀ ਤੋਂ ਛੇਤੀ 1 2 ਮਹੀਨਿਆਂ ਦੇ ਵਿੱਚ ਡੇਢ ਮਹੀਨਿਆਂ ਦੇ ਵਿੱਚ ਬੰਦਾ ਇਟਲੀ ਦੇ ਵਿੱਚ ਐਂਟਰ ਹੋਊਗਾ ਬਾਈ ਚਾਂਸ ਕੋਈ ਪ੍ਰੋਬਲਮ ਆndi ਆ ਬੰਦੇ ਦੇ ਪੇਪਰਾਂ 'ਚ ਉਸ ਬੰਦੇ ਨੂੰ ਫਿਰ ਕੰਟਰੀ ਆਟੋ ਮਿਲ ਜਾਣਾ ਕੋਈ ਚੱਕਰ ਨਹੀਂ ਵਕੀਲ ਕਰਕੇ ਜਾ ਇੱਧਰ ਉੱਧਰ ਬੰਦਾ ਪੁਰਤਗਾਲ ਜਾਲੇ ਦਵਾਲੇ ਬੰਦਾ ਜਾ ਸਕਦਾ ਆਪਣੇ ਜਿਹੜੇ ਪੇਪਰ ਸਿੱਧੇ ਕਰਨ ਦੇ ਲਈ ਇਹ ਸਹੀ ਇਹ ਆ ਜਿਹੜੀ ਖਬਰ ਇਮੀਗ੍ਰੇਸ਼ਨ ਦੀ ਮੇਨ ਅਪਡੇਟ ਆ ਆਪਣਾ ਸਾਡਾ ਇਮੀਗ੍ਰੇਸ਼ਨ ਦੇ ਉੱਤੇ ਹੁਣ ਗੱਲ ਕਰਦੇ ਆ ਜੀ ਬੋਨਸ 200 ਦੀ ਬੋਨਸ 200 ਜੋ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਪਿਆ ਜੀ ਇਹ ਕਿ ਇਟਲੀ ਵਾਲੇ ਦੇ ਰਿਆ ਜੀ ਬੋਨਸ 200 ਰੋਪੀ ਇਟਲੀ ਵਾਲੇ ਕੱਲਾ ਬੋਨਸ 200 ਨਹੀਂ ਦੇ ਰੇ ਇਟਲੀ ਵਾਲੇ ਹੋਰ ਵੀ ਬਹੁਤ ਬੋਨਸ ਦੇ ਰਿਆ ਬੇਰੋਜ਼ਗਾਰੀ ਭੱਤੇ ਨੇ ਹੋਰ ਪਰ ਹੁਣ ਅਸੀਂ ਦੇਖਦੇ ਹਾਂ ਪੈਸੇ ਆਣੇ ਕਦੋਂ ਕਿਨ ਉਤੇ ਕਿੱਦਾਂ ਕਦਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਸਰਕਾਰੀ ਜਿਹੜੇ ਬੰਦੇ ਆ ਸਰਕਾਰੀ ਉਹਨਾਂ ਨੂੰ ਤਾਂ ਕੋਈ ਫਾਰਮ ਭਰਨ ਦੀ ਲੋੜ ਨਹੀਂ ਬਾਕੀ ਜਿੰਨੇ ਪ੍ਰਾਈਵੇਟ ਬੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਫਾਰਮ ਜੋ ਸਾਡੇ ਵੈਬਸਾਈਟ ਇਹ ਤਾਂ punjabi.com ਉੱਤੇ ਲਿੰਕ ਆ ਉੱਤੋਂ ਜਾ ਕੇ ਤੁਸੀਂ ਦੇਖ ਸਕਦੇ ਆ ਫਾਰਮ ਭਰਨ ਦੀ ਲੋੜ ਆ ਹੁਣ ਜਿਹੜੇ ਤਾਂ ਬੰਦੇ ਆ ਜਿਹਨਾਂ ਬੰਦਿਆਂ ਕੋ ਕੰਮ ਹੈ ਨਹੀਂਗਾ ਜਿਹੜੇ ਨਾਸਬੀ ਲੈ ਰਹੇ ਜਿੱਦਾਂ ਅਸੀਂ ਕਹਿੰਦੇ ਜਿਹੜੇ ਬੰਦੇ ਦੀਜ਼ੋ ਕੋ ਹਾਂਜੀ ਜਿਹੜੇ ਬੰਦੇ ਸੌਰੀ ਦੀਜ਼ੋ ਕੋ ਪਾਤੀ ਆ ਕੰਮ ਹੈ ਨਹੀਂ ਬੇਰੋਜ਼ਗਾਰ ਆ ਬਿਲਕੁਲ ਤੇ ਜਾਂ ਫਿਰ ਜਿਹੜੇ ਬੰਦੇ ਸੀਜ਼ਨ ਤੇ ਕੰਮ ਕਰਦੇ ਆ ਜਿੱਦਾਂ ਖੇਤੀਬਾੜੀ 'ਚ ਜੇਕਰ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਜਕੀਨੀਆ ਤੋੜ ਰਹੇ ਹੋ ਤੁਸੀਂ ਸਬਜ਼ੀਆਂ ਤੋੜ ਰਹੇ ਹੋ ਤੁਸੀਂ ਵੀ ਦਮੰਦ ਕਰੋ ਤੁਹਾਡਾ ਵੀ ਵਿੱਚ ਨਾਮ ਆ ਪਰ ਜਿਹੜੇ ਤੁਹਾਡੇ ਪੈਸੇ ਆ ਤੁਹਾਨੂੰ ਮਿਲਣੇ ਆ ਜੀ ਅਕਤੂਬਰ 2022 ਦੇ ਵਿੱਚ ਅਤੇ ਉਸ ਤੋਂ ਬਾਅਦ ਜਿੰਨੇ ਵੀ ਪੈਨਸ਼ਨ ਵਾਲੇ ਬੰਦੇ ਆ ਜਾਂ ਫਿਰ ਜਿਹੜੇ ਸਰਕਾਰੀ ਬੰਦੇ ਆ ਜਾਂ ਜਿਹੜੇ ਬੰਦੇ ਰੈਦੀ ਤੋਂ ਦੀ ਚਿੱਤਾ ਦੀ ਅਨਸਰ ਲੈ ਰਹੇ ਆ ਜਾਂ ਫਿਰ ਜਿਨ੍ਹਾਂ ਦਾ ਘਰ ਦਾ ਕੁੰਦਰਾ ਤੋਂ ਚੱਲ ਰਿਹਾ ਜੀ ਕਾਲਫ ਤੇ ਬਦੰਤੇ ਵਾਲਾ ਇਹਨਾਂ ਸਾਰਿਆਂ ਨੂੰ ਜਿਹੜੇ ਪੈਸੇ ਆ ਜੁਲਾਈ ਦੇ ਵਿੱਚ ਆਣੇ ਪਰ ਜੇ ਅਸੀਂ ਗੱਲ ਕਰੀਏ ਜਿਹੜੇ ਬੰਦੇ ਜਿਨ੍ਹਾਂ ਬੰਦਿਆਂ ਨੂੰ ਨਾਸਪੀ ਆ ਰਿਹਾ ਜਾਂ ਦੀਸ ਕਾਲ ਆ ਰਿਹਾ ਜਾਂ ਜਿਨ੍ਹਾਂ ਬੰਦਿਆਂ ਨੂੰ ਦਿਜੋਗੋਪਤਸ ਨੇ ਅਗਰੀਕੋਲ ਆ ਰਿਹਾ ਜਾਂ ਜਿਹਨੂੰ ਅਸੀਂ ਇੰਦਨੀਤਾ ਕੋਵਿਡ 2021 ਕਹਿੰਦੇ ਆ ਅਤੇ ਇੱਥੇ ਤੱਕ ਜਿਹੜੇ ਬੰਦੇ ਕੈਟਾਗਰੀ ਹੈ ਕਿ ਆ ਮਾਤਾ ਵਾਲੇ ਸਗੇ ਜਿਨ੍ਹਾਂ ਨੂੰ ਕੋਈ ਦਰਤ ਉਹ ਕਿਆ ਮਾਤਾ ਕੀਤਾ ਹੁੰਦਾ ਜਾਂ ਫਿਰ ਜਿਹੜੇ ਬੰਦੇ ਸੀਜ਼ਨ ਦੇ ਵਿੱਚ ਕੰਮ ਕਰਦੇ ਆ ਉਹ ਸਾਰੇ ਬੰਦਿਆਂ ਨੂੰ ਜਿਹੜਾ ਬੋਨਸ 2000 ਲੈਣ ਦੇ ਲਈ ਅਕਤੂਬਰ ਤੱਕ ਉਡੀਕਣਾ ਪੈਣਾ ਤੇ ਉਹਨਾਂ ਦਾ ਰੈਦੀ ਤੋਂ ਆ ਜਿਹੜਾ 35000 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਇਹ ਆ ਜੀ ਇੰਪਰਸ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਇੱਕ ਵਾਰ ਫਿਰ ਦੱਸ ਦਿੰਦੇ ਆ ਜਿਹੜੇ ਬੰਦੇ ਬੇਰੋਜ਼ਗਾਰ ਨੇ ਜਿਹੜੇ ਬੰਦੇ ਸੀਜ਼ਨਲ ਕੰਮ ਕਰਦੇ ਆ ਉਹਨਾਂ ਨੂੰ ਅਕਤੂਬਰ ਦੇ ਵਿੱਚ ਪੈਸੇ ਮਿਲਣੇ ਆ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੇ ਫਾਰਮ ਵਗੈਰਾ ਭਰ ਦਿੱਤੇ ਆ ਰੈਡੀ ਤੋਂ ਦੀ ਚੇਤਾ ਦੀ ਨਾਂਸ ਲੈ ਰਹੇ ਆ ਘਰ ਦਾ ਕੰਮ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਜੁਲਾਈ ਦੇ ਵਿੱਚ ਪੈਸੇ ਮਿਲਣੇ ਆ ਨਾਸਪੀ ਦੀ ਸਕੋਲ ਦੀ ਜੁਗੁਪਤ ਸੇ ਅਗਰੀਕਲ ਜਾਂ ਫਿਰ ਦੂਸਰਾ ਦੀ ਜੁਗੁਪਤ ਤੇ ਉਹਨਾਂ ਇੰਪਸ ਵਾਲੇ ਪੈਸੇ ਆਂਦੇ ਜਾਂ ਹੋਰ ਪੈਸੇ ਆਂਦੇ ਆ ਕੰਟਰੈਕਟ ਤੋਂ ਕਿਆਮਤ ਆਇਆ ਸੀਜ਼ਨ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਆ ਮਿਲਣੇ ਆ ਜੀ ਅਕਤੂਬਰ ਦੇ ਵਿੱਚ ਪੈਸੇ ਮਿਲਣੇ ਇਹਦੇ ਨਾਲ ਜੋ ਸਾਡੀਆਂ ਅੱਜ ਦੀਆਂ ਖਬਰਾਂ ਨੇ ਇੱਥੇ ਸਮਾਉਤ ਹੋਣੀਆਂ ਨੇ ਖਬਰਾਂ ਬਹੁਤ ਨੇ ਅਸੀਂ ਕੱਲ ਸਵੇਰੇ ਮਿਲਦੇ ਆ ਤੁਹਾਡੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ